ਸ਼੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਐਚ ਪੀ ਨੰਦਰਾ ਬਲੌਗ 'ਚ। ਦੇਖੋ ਜੀ ਟਾਈਮ ਹੋ ਗਿਆ ਆ 12:45। ਹਾਂਜੀ ਕੀ ਹਾਲ ਆ, ਠੀਕ ਆ? ਹੁਣ ਕੋਲਡ ਹੈ, ਰੋਟੀ ਪਾਣੀ ਖਾ ਲਿਆ? ਚਲੋ ਇੱਧਰ ਮੰਮੀ ਦੇਖਦੇ ਪਏ ਆ ਆਪਣਾ ਬਲੌਗ, ਅਤੇ ਅਸੀਂ ਭਾਂਡੇ ਭੁੰਡੇ ਚੱਕਦੇ, ਅਸੀਂ ਪਾਏ ਹੀ ਆ ਮੰਮੀ ਕੱਪੜੇ ਸੁੱਕਣੇ, ਠੀਕ ਆ? ਝਾੜ ਪੂਝ ਸਾਰੀ ਹੋ ਗਈ ਆ, ਡਸਟਿੰਗ ਸਾਰੀ ਹੋ ਗਈ ਆ, ਅਤੇ ਬਸ ਹੁਣ ਨਾ ਅਸੀਂ ਉਹ ਕਰਨਾ ਆ ਕੱਪੜੇ ਸੁੱਕਣੇ ਪਾਏਗੀ, ਫਿਰ ਆ ਕੇ ਅੱਜ ਬਣਾਉਂਦੇ ਹਾਂ ਰਾਜਮਾਂ ਚਾਵਲ, ਠੀਕ ਆ? ਹਰਮਨ ਚੱਲ ਗਿਆ ਅੱਜ ਜਲੰਧਰ, ਉਹਦੇ ਹੈਗਾ ਦੋਸਤ ਦਾ ਹੈਪੀ ਬਰਥਡੇ, ਕੱਲ੍ਹ ਮਨਾਉਣਾ ਸੀ ਪਰ ਉਹਨਾਂ ਨੇ ਅੱਜ ਮਨਾਉਣਾ ਆ ਬਰਥਡੇ। ਚਲੋ ਫਿਰ ਜਾਈਏ, ਕੱਪੜੇ ਕੁੱਪੜੇ ਸੁੱਕਣੇ ਪਾਏ ਆਈਏ, ਸਟਾਰਟਿੰਗ ਕਰਤੀ ਆ ਬਲੌਗ ਦੀ, ਫਿਰ ਆ ਕੇ ਬਣਾਉਂਦੇ ਸਬਜ਼ੀ ਸੁਬਜ਼ੀ, ਨਾਲੇ ਦਿਖਾਉਂਦੇ ਹਾਂ ਬਾਕੀ, ਨਾਲੇ ਪੱਲੂ ਨੇ ਵੀ 1:15 ਉਹਨੂੰ ਛੁੱਟੀ ਹੋ ਜਾਣੀ, ਉਹਦਾ ਪੇਪਰ ਅੱਜ, ਦੇਖੋ ਪੇਪਰ ਕਿੱਦਾਂ, ਠੀਕ ਆ? ਚਲੋ ਮਿਲਦੇ ਆ ਫਿਰ। ਹਾਂਜੀ ਲੈ, ਹਾਂ ਹਾਂਜੀ ਹੈਪੀ ਬਰਥਡੇ, ਥੈਂਕ ਯੂ, ਇੱਧਰ ਕਰੋ ਪਰੇ ਹੋ, ਹੈਂ ਵਧਾਈਆਂ ਬਹੁਤ ਬਹੁਤ ਬਰਥਡੇ ਦੀਆਂ। ਭਾਈ ਨੇ ਟੇਪਾ ਲਾ ਕੇ ਦੇਤਾ ਜੀ, ਭਾਈ ਕਹਿੰਦਾ ਅਨਬੋਕਸਿੰਗ ਨਹੀਂ ਚੱਜ ਨਾਲ ਕਰੀ ਘਰੇ ਆ। ਅੱਛਾ ਲਓ ਜੀ ਲੈਪਟੋਪ ਲਿਆਂਦਾ, ਤੁਹਾਨੂੰ ਜਿੱਦਾਂ ਕੱਲ੍ਹ ਦੇ ਬਲੌਗ 'ਚ ਦੱਸਿਆ ਸੀਗਾ ਅਸੀਂ ਕਿ ਸਵੇਰੇ ਆਊਗਾ। ਮਾਂ ਬਾਪ ਨੂੰ ਸੁੱਖ ਹੋਵੇ ਤੁਹਾਡਾ, ਮਾਂ ਬਾਪ ਨੂੰ ਸੁੱਖ ਹੋਵੇ। ਲਓ ਜੀ ਦੇਖੋ ਜੀ, ਬੱਚਿਆਂ ਦੇ ਸਿਰ ਤੇ ਮਾਂ ਬਾਪ ਖਿਲੋ, ਬੱਚੇ ਮਾਂ ਬਾਪ ਦੇ ਸਿਰ ਤੇ ਚਲੋ ਜੀ ਦਿਖਾਓ। ਹੋਰ ਮੰਮੀ ਵਾਸਤੇ ਲਿਆਂਦਾ, ਮੰਮੀ ਕਿੱਡੀ ਕੰਪਿਊਟਰ ਤੇ ਬੈਠੀ ਰਹਿੰਦੀ, ਮੰਮੀ ਦਾ ਸਾਰਾ ਦਿਨ ਰੋਟੀ ਪਾਣੀ ਦਾ ਟਾਈਮ ਨਹੀਂ ਲੱਗਦਾ, ਇਹ ਲੈ ਕੇ ਆਇਆ ਇਹਨੂੰ ਐਡੀਟਿੰਗ ਲਈ ਚਾਹੀਦਾ ਆ। ਲਓ ਜੀ ਠੀਕ ਆ, ਚਲੋ ਜੀ ਚਲ ਚਲ, ਵਧਾਈਆਂ ਵੇ ਤੈਨੂੰ, ਹੈ ਠੀਕ ਆ? ਬਹੁਤ ਚੱਲ ਵਧੀਆ, ਚਲੋ ਚਲੋ ਮਿਲਦੇ ਆ ਫਿਰ। ਆਹੋ ਦੇਖ ਲਈ ਹੈ ਕਿਹੜੀ, ਤਾਂ ਠੀਕ ਆ, ਕੱਲ੍ਹ ਪੱਲੂ ਨੂੰ ਛੁੱਟੀ ਆ, ਉਦੋਂ ਵੀ ਅੱਜ ਦੇਖੋ, ਤਾਂ ਠੀਕ ਆ, ਦੇਖੋ। ਲਓ ਜੀ ਇੱਕ ਵਾਰ ਚੱਲਾ ਆ, ਰਾਜਮਾਂਹ ਰੱਖ ਦਿੱਤੇ ਆ, ਅਤੇ ਇੱਧਰ ਕਰੈਂਡ ਕਰਦੀ ਪਈ ਆ ਪਿਆਜ਼, ਪਿਆਜ਼ ਸੀਗੇ ਥੋੜ੍ਹੇ, ਅਤੇ ਮੈਂ ਕਿਹਾ ਹਰਮਨ ਹੋਰ ਲੈ ਕੇ ਆ, ਅਤੇ ਇੱਧਰ ਰਾਜਮਾਂਹ ਰੱਖ ਦਿੱਤੇ ਆ, ਅਤੇ ਆ ਦਿੱਤਾ ਸੀ ਸਾਨੂੰ ਪਪੀਤਾ ਗੁੜੀਆ ਨੇ, ਇਹ ਅਸੀਂ ਲਪੇਟ ਕੇ ਰੱਖਿਆ ਸੀ ਅਖਬਾਰ 'ਚ, ਹੁਣ ਹੋ ਗਿਆ ਆ ਪੀਲਾ, ਅਤੇ ਅੱਜ ਅਸੀਂ ਇਹਨੂੰ ਪੱਟਾਂਗੇ ਤਾਂ ਦੇਖਦੇ ਹਾਂ ਕਿੱਦਾਂ ਦਾ ਨਿਕਲਦਾ ਆ। ਚਲੋ ਬਣਾਉਂਦੇ ਹਾਂ ਫਿਰ ਸਬਜ਼ੀ, ਕਰ ਲਵੇ ਸਮਾਨ ਤਿਆਰ, ਹੈਂ ਗਰੈਂਡਰ ਦਿੰਦੀ ਹਾਂ, ਚਲੋ ਮਿਲਦੇ ਹਾਂ ਫਿਰ। ਹਾਂਜੀ ਮਾਸੀ ਜੀ ਕਿੱਦਾਂ, ਵਧੀਆ ਵਧੀਆ, ਬਣਾਈ ਕੀ ਕਰਦੇ ਆ? ਹੋਰ ਪਲਕ ਨੂੰ ਛੁੱਟੀ ਹੋ ਗਈ, ਸਮਾਂ ਆਇਆ ਸੀ। ਹਾਂ ਬਸ ਲਾਲ ਮੈਂ ਤੜਕਾ ਰਾਜਮਾਂਹ ਬਣਾਉਣ ਲੱਗੇ ਅੱਜ,
ਅੱਜ ਰਾਤ ਮੰਮੀ ਨਾਲ ਲੱਗੇ ਆ ਅਜੇ ਸਭ ਲਿਆ ਸੀ ਸਕਰੀਨ ਦੇ ਨਾਲ ਬੰਦ ਕੀਤੀ ਸੀ ਡੱਬੀ ਇੱਦਾਂ ਕਰਕੇ ਇੱਦਾਂ ਕਰਕੇ ਇੱਧਰ ਮਾਸੀ ਜੀ ਪਾਠ ਕਰਦੇ ਆ ਕਰ ਲਿਆ ਬਸ ਮੈਂ ਵਿਹਲੀ ਆ ਲਓ ਜੀ ਚਾਹ ਪੀਏ ਹਾਂਜੀ ਮੰਮੀ ਚਲੋ ਜੀ ਚਾਹ ਬਣਾਈ ਲਓ ਜੀ ਚਾਹ ਪੀ ਸਕਦੇ ਹਾਂ ਸੀਟੀਆਂ ਸਾਡੀਆਂ ਵੱਜੀਆਂ ਨੇ ਅਗਰ ਅੱਛਾ ਅੱਗੇ ਜਦੋਂ ਰਾਜਮਾਂਹ ਮੰਮੀ ਆਪਾਂ ਬਣਾਈ ਦੇ ਆ ਨਾ ਕਈ ਵਾਰੀ ਇੱਕ ਸੀਟੀ ਦੇ ਨਾਲ ਹੈ ਨਾ ਮਤਲਬ ਕਿ ਰਾਜਮਾਂਹ ਹੋ ਜਾਂਦੇ ਆ ਇੱਕ ਇੱਕ ਸੀਟੀ ਵੱਜਦੀ ਆ ਤੇ ਕੁੱਕਰ ਨਾ ਖੋਲੋ ਐਤਕੀ ਹੈ ਨਾ ਚਾਰ ਪੰਜ ਰੁਕਣ ਬੰਦ ਕਰਦੇ ਕੁੱਕਰ ਦਾ ਗੈਸ ਬੰਦ ਕਰਦੇ ਐਤਕੀ ਪੰਜ ਛੇ ਸੀਟੀਆਂ ਲਵਾ ਲਈਆਂ ਆ ਹੋਏ ਨੀ ਅੱਗੇ 15 ਮਿੰਟ ਰੱਖੀਦੇ ਸੀ ਰਾਜਮਾਂਹ ਫੇਰ ਹੁੰਦੇ ਸੀਗੇ ਹਾਂ ਪਤਾ ਨਹੀਂ ਕਿੱਦਾਂ ਕਿੱਦਾਂ ਦਾ ਬੀ ਆਇਆ ਆ ਹਨਾ ਚਲੋ ਪੀਂਦੇ ਆ ਚਾਹ ਫਿਰ ਦੇਖਦੇ ਆ ਕੁੜੀ ਵੀ ਆਉਣ ਵਾਲੀ ਆ ਮੇਰਾ ਮੋਟਾ ਬੈਗ ਥੱਲੇ ਤਾਂ ਰੱਖਿਆ ਸੀ ਮੇਰਾ ਮੋਟਾ ਕਿੱਦਾਂ ਫਿਰ ਪੇਪਰ ਦੱਸ ਕਿੱਦਾਂ ਦਾ ਹੋਇਆ ਠੀਕ ਠਾਕ ਹੋਇਆ ਕਰ ਲਏ ਆ ਫਿਰ ਵੀ ਕਹਿੰਦੀ 80 ਚੋਂ 65 ਤੱਕ ਆ ਜਾਣਗੇ ਪਾਣੀ ਪੀਣਾ ਤੁਸੀਂ ਪਾਣੀ ਪੀਣਾ ਫਿਰ ਸਬਜ਼ੀ ਲੈ ਕੇ ਤੁੜਕਾ ਤੇ ਮੰਮਾ ਰਾਜਮਾਂਹ ਬਣਾਏ ਫਿਰ ਦੇਖ ਮੈਂ ਤੁਹਾਨੂੰ ਦੇਖਾ ਲਾ ਵੀ ਰਾਜਮਾਂਹ ਚਾਵਲ ਬਣਾਏ ਆ ਨਾ ਚਲ ਲੈ ਬਣਾਏ ਨੀ ਚਾਵਲ ਤੱਕ ਚਲੋ ਠੀਕ ਆ ਬਣਾ ਲਓ ਮੈਂ ਕੱਪੜੇ ਕੱਪੜੇ ਚੇਂਜ ਕਰ ਲਾ ਆਪਣੇ ਓਕੇ ਓਕੇ ਟਿਫਨ ਤਾਂ ਫਸਟ ਪੀਰੀਅਡ 'ਚ ਖਾ ਲਿਆ ਸੀ ਹੁਣ ਪਤਾ ਕਿੰਨੀ ਭੁੱਖ ਲੱਗੀ ਆ ਪਹਿਲੇ ਪੀਰੀਅਡ 'ਚ ਟਿਫਨ ਖਾ ਲਿਆ ਪਪੀਤਾ ਖਾ ਲੈਂਦੀ ਪਪੀਤਾ ਖਾਂਦੇ ਆ ਚਲੋ ਹੁਣ ਰਾਜਮਾਂਹ ਚਾਵਲ ਬਣ ਚੁੱਕੇ ਆ ਤੇ ਮੈਂ ਖਾਣ ਲੱਗੀ ਰਾਜਮਾਂਹ ਚਾਵਲ ਚਮਚ ਲੈ ਧੁੰਦੀ ਜੰਮ ਗਈ ਉਸ ਕੈਮਰੇ ਦੇ ਉੱਤੇ ਸਾਰੀ ਆ ਗਏ ਰਾਜਮਾਂਹ ਚਾਵਲ ਮੰਮੂ ਵੀ ਖਾ ਲਵਾਂ ਮੈਂ ਰਾਜਮਾਂਹ ਚਾਵਲ ਕੀ ਬੋਲੇ ਕਹਿੰਦੇ 15 ਸਤੰਬਰ ਨੂੰ ਦੁਨੀਆ ਖਤਮ ਹੋ ਜਾਣੀ ਨਹੀਂ ਪੇਪਰ ਦੀ ਟੈਨਸ਼ਨ ਖਤਮ ਆਹੋ ਰਵਾ ਖਤਮ ਹੋ ਜਾਏ ਚਲੋ ਹੁਣ ਆਪਾਂ ਖਾਂਦੇ ਰਾਜਮਾਂਹ ਚਾਵਲ ਚਲੋ ਆਪਾਂ ਹੁਣ ਖਾਣੇ ਆ ਰਾਜਮਾਂਹ ਚਾਵਲ ਕਿਉਂਕਿ ਕੀ ਪਤਾ ਦੁਨੀਆ ਖਤਮ ਹੋ ਜਾਵੇ ਫਿਰ ਖਾਣ ਨੂੰ ਮਿਲੇ ਨਾ ਮਿਲਣ ਹਨਾ ਵੀ ਹੁਣੇ ਖਾ ਲੈਂਦੇ ਹੁਣੇ ਖਾ ਲਓ ਜੀ ਹੁਣ ਆ ਗਈ ਜੀ ਰੋਟੀ ਆਪਾਂ ਐਂ ਕਰੇ ਰੋਟੀ ਪਾਣੀ ਖਾਣ ਤੇ ਹਰਮਨ ਆਇਆ ਨਹੀਂ ਅਜੇ ਨਹੀਂ ਉਹ ਕਾਲਜ ਕਹਿੰਦਾ ਬਰਥਡੇ ਆ ਮੈਂ ਲੈਪਟਾਪ ਲੈਂਦਾ ਨੇ ਹਨਾ ਮੈਂ ਦੇਖਿਆ ਚਲਾ ਕੇ ਪਰ ਆਪਣੇ ਅਜੇ ਪੱਲੇ ਨਹੀਂ ਪਿਆ ਹੈਗਾ ਭਾਜੀ ਭਰਿਆ ਵੀ ਕੁਛ ਨਹੀਂ ਉਹਨੇ ਨਾ ਵਿੱਚ ਇਹਦੇ ਆਹਾ ਚਲੋ ਹਾਂਜੀ ਮਤਲਬ ਤੁਸੀਂ ਰੋਟੀ ਚੌਲ ਨਹੀਂ ਖਾਣੇ ਤੁਮੀ ਰੋਟੀ ਖਾਣੀ ਤੂੰ ਜਾਂਦੀ ਚੌਲ ਖਾਣੇ ਲਾਉਂਗੀ ਮਾੜੇ ਜੇ ਲਾਉਂਗੀ ਓਕੇ 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 ਚਲੋ ਇਦਾਂ ਲੱਗੇ ਚੌਲ ਖਾਣ ਪਲਕ ਦੇ ਖਾਲੇ ਚਲੋ ਠੀਕ ਹੈ ਜੀ ਲਓ ਜੀ ਇੱਧਰ ਰੱਖਿਆ ਦੁੱਧ ਗਰਮ ਦੇਖੋ ਜੀ ਅਸੀਂ ਬਣਾਏ ਸੀਗੇ ਅੱਜ ਸਵੇਰੇ ਚਾਵਲ ਰਾਜਮਾਂਹ ਚਾਵਲ ਉਹ ਜਿਹੜੇ ਚਾਵਲ ਸੀ ਨਾ ਅਸੀਂ ਨਵੇਂ ਲਿਆਂਦੇ ਸੀ ਬਾਜ਼ਾਰੋਂ ਤੇ ਉਹ ਜਿਹੜੇ ਪਹਿਲਾਂ ਲਿਆਂਦੇ ਸੀਗੇ ਨਾ ਉਹ ਬਹੁਤ ਸੋਹਣੇ ਬਣਦੇ ਇਹ ਨਾ ਕੋਈ ਨਵੀਂ ਆਈ ਜਿਹਦਾ ਬਾਸਮਤੀ ਪੁਰਾਣੀ ਨਹੀਂ ਸੀ ਕਿਲੋ ਕੁ ਲਿਆਂਦੇ ਸੀਗੇ ਜਦੋਂ ਮੈਂ ਚਾਵਲ ਬਣਾਏ ਆ ਤੇ ਉਹ ਚਾਵਲ ਜਿੱਦਾਂ ਨਾ ਸਹੀ ਨਹੀਂ ਬਣੇ ਹੈਗੇ ਜਿੱਦਾਂ ਨਾ
ਘੁਲੇ ਘੁਲੇ ਜੇ ਬਣੇ ਆ ਚਾਵਲ ਉਹ, ਤੇ ਅਸੀਂ ਹੁਣ ਇਹਦੀ ਬਣਾ ਲਈ ਆ ਖੀਰ। ਦੇਖੋ ਜੀ ਸਾਡੇ ਨਿਆਣੇ ਨਹੀਂ ਖਾਂਦੇ, ਪੱਲੂ ਕਹਿੰਦੀ ਮੈਂ ਤਾਂ ਨਹੀਂ ਖਾਣੇ ਚਾਵਲ, ਮੈਨੂੰ ਪਸੰਦ ਨਹੀਂ ਆਏ ਹੈਗੇ, ਠੀਕ ਆ। ਤੇ ਅਸੀਂ ਬਣਾ ਲਈ ਆ ਇਹਦੀ ਖੀਰ। ਚਲੋ ਖੀਰ ਤਾਂ ਖਾਵਾਂਗੇ ਹੀ, ਵਿੱਚ ਪਾਇਆ ਨਾਰੀਅਲ ਤੇ ਨਾਲੇ ਪਾਈ ਆ ਉਹ ਬਦਾਮ ਤੇ ਨਾਲ ਪਾਏ ਆ ਛੋਟੀ ਇਲਾਚੀ। ਤੇ ਇੱਧਰ ਹੈਂ ਇੱਕ ਮਿੰਟ ਦੇਖਾਂ ਉੱਧਰ ਕੀ ਕਰਦੇ ਆ। ਹਾਂਜੀ ਹਾਂਜੀ ਭਾਜੀ ਵਿਹਲੇ ਹੋ ਗਏ ਆ ਕੰਮ ਕੁਮ ਕਰਕੇ, ਤੇ ਹੁਣ ਇਹ ਭਾਈ ਸਾਹਿਬ ਜੀ ਦੇਖਣਗੇ ਇਹਦਾ ਹਿਸਾਬ ਕਿਤਾਬ ਜੋ ਵੀ ਲੈਪਟਾਪ ਦਾ ਹੈਗਾ ਆ। ਠੀਕ ਆ, ਵੀਡੀਓ ਦੇਖਾਂਗੇ, ਫਿਲਮ ਦੇਖਾਂਗੇ ਹਰਮਨ ਇਹਦੇ ਚ ਆਪਾਂ ਹੈ। ਚਲੋ ਮਿਲਦੇ ਹੋਏ। ਲਓ ਜੀ ਟਾਈਮ ਹੋ ਗਿਆ 7:37 ਤੇ ਆਪਾਂ ਆ ਗਏ ਘਰ। ਘਰੇ ਆਏ ਤਾਂ ਇੱਧਰ ਦੇਖੋ ਜੀ ਪਾਰਟੀ ਚੱਲਣ ਡਈ ਇਹਨਾਂ ਦੀ, ਇਹਨਾਂ ਦੀ ਪਾਰਟੀ ਚੱਲਣ ਡਈ ਆ ਮੋਮੋਸ ਤੇ ਸਪਰਿੰਗ ਰੋਲ। ਚਲੋ ਉੱਧਰ ਮੋਮੋਸ ਇੱਧਰ ਸਪਰਿੰਗ ਰੋਲ ਤੇ ਹਰਮਨ ਨੇ ਲਿਆ ਕੇ ਦਿੱਤੇ। ਕੈਂਚੀ ਨਾ ਖੋਲੀ, ਉਹਨੂੰ ਉਡ ਸਮਝ ਲੱਗੀ ਉਹਦੇ ਹੱਸੀ ਕਿੱਦਾਂ ਆ। ਚਲੋ ਠੀਕ ਆ ਜੀ, ਖਾਓ ਕਰੋ ਪਾਰਟੀ ਤੁਸੀਂ ਆਪਣੀ। ਅੱਠ ਹੋ ਗਿਆ ਸੀ, ਮੋਮੋਸ ਮੋਮੋਸ ਤਾਂ ਖਾ ਲਏ ਆ, ਹੁਣ ਪਾਪਾ ਜੀ ਰੋਟੀ ਖਾਣੀ, ਫਿਰ ਆਪਾਂ ਨੇ ਖਾਣੀ ਇੱਕ ਰੋਟੀ, ਤੁਸੀਂ ਖਾਣੀ ਰੋਟੀਆਂ। ਲੈ ਇੱਕ ਰੋਟੀ ਬਣਾਉਣ ਲੱਗੀ ਮੰਮੀ, ਲੈ ਲੈ ਮੰਮੀ ਦੋ ਰੋਟੀਆਂ ਬਣਾਉਣ ਲੱਗੇ ਹਾਂ ਇਕੱਲੀਆਂ। ਹੈਂ ਦਾਦੀ ਦਾਦੀ ਜੀ ਚਾਹ ਪੀਣੀ ਆ, ਕੀ ਪੀਣੀ ਦਾਦੀ ਕਹਿੰਦੀ ਬਣਾ ਲਓ ਥੋੜੀ ਮਿਣ ਕੇ ਪਾ ਪਾਣੀ, ਦਾਦੀ ਕਹਿੰਦੀ ਬਣਾ ਲਓ ਚਾਹ, ਬਸ ਇੱਕ ਗਲਾਸ ਆ ਪੂਰਾ ਕੱਪ ਨਾ ਮਿਣ ਕੇ। ਮੰਮੀ ਬਹੁਤ ਜਾਂਦੀ ਭਰਾਵਾ, ਹਾਂ ਪੁੱਤ ਹੁਣ ਮੰਮੀ ਨੂੰ ਬਣਾ ਲੱਗੇ ਰੋਟੀ, ਦੋ ਰੋਟੀਆਂ ਬਣਾਣੀ ਮੰਮੀ ਨੇ। ਹੈਂ ਹਾਂਜੀ ਦੋ ਰੋਟੀਆਂ ਬਣਾਣੀਆਂ ਮੰਮੀ ਨੇ ਬਸ ਅਸੀਂ। ਪਾਪਾ ਕਹਿੰਦੇ ਮੈਂ ਦੋ ਰੋਟੀਆਂ ਖਾਣੇ, ਮੰਮੀ ਕਹਿੰਦੀ ਹੁਣ ਅਸੀਂ ਮੋਮੋਸ ਖਾਦੇ ਆ, ਪਾਪਾ ਕਹਿੰਦੇ ਵੇਖ ਲਾ ਦੇ, ਨਹੀਂ 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 ਫਿਰ ਮੰਮਾ ਕਹਿੰਦੇ ਇੱਕ ਰੋਟੀ ਖਾਣੀ ਆ, ਇੱਕ ਰੋਟੀ ਦਾ ਕੀ ਬਣਾਉਣਾ ਮੈਂ, ਪਾਪਾ ਕਹਿੰਦੇ ਫਿਰ ਰਹਿਣ ਦੇ। ਪਰੌਂਠੀ ਆ ਗਈ ਹੈ ਜੀ, ਇੱਕ ਪਰੌਂਠੀ ਖਾਣੀ ਅਸੀਂ, ਵੱਡੀਆਂ ਵੱਡੀਆਂ ਥਾਲੀਆਂ ਤੇ ਰੋਟੀ ਇੱਕ ਇੱਕ ਖਾਣੀ ਹੈ ਜੀ। ਉਹ ਨਿਆਣੇ ਲੈ ਗਏ ਆਏ ਸੀ ਮਾੜਾ ਮੋਟਾ, ਉਹ ਖਾ ਪੀ ਲਿਆ ਸੀ ਤੇ ਫਿਰ ਹੁਣ ਭੁੱਖ ਹੈ ਨਹੀਂ ਸੀਗੀ, ਤੇ ਮੈਂ ਕਿਹਾ ਚਲੋ ਫਿਰ ਜੇ ਨਾ ਖਾਧੀ ਤੇ ਰਾਤ ਨੂੰ ਭੁੱਖ ਜ਼ਿਆਦਾ ਲੱਗ ਜਾਣੀ ਆ। ਉਹ ਚਲੋ ਜੂਸ ਜਿਹਾ ਪੀਤਾ ਸੀ ਦੁਪਹਿਰੇ, ਫਿਰ ਉਹਦੇ ਨਾਲ ਥੋੜ੍ਹਾ ਸ਼ਾਮੀ ਜੇ ਉਹਦੇ ਨਾਲ ਹੋ ਗਿਆ ਥੋੜ੍ਹਾ ਜਿਹਾ। ਤੇ ਚਲੋ ਠੀਕ ਆ ਜੀ, ਮਿਲਦੇ ਆ ਰੋਟੀ ਪਾਣੀ ਖਾ ਗਏ, ਹੁਣ ਰੋਟੀ ਪਾਣੀ ਕੀ ਖਾਣੀ ਆ, ਇੱਕੋ ਤਾਂ ਰੋਟੀ ਖਾਣੀ ਆ। ਚਲ ਲਓ ਜੀ ਹੁਣ ਵੱਜ ਗਏ ਆ 10, ਸਾਫ਼ ਨਹੀਂ ਦਿਖਦੇ ਹੈਗਾ ਟੀਵੀ ਦੇ। ਤੇ ਇੱਧਰ ਖਾਲੀ ਖੀਰ ਹੋਰ ਕਿੱਦਾਂ ਦੀ ਬਣੀ? ਚਲੋ ਜੀ ਬਲੂ ਤੂੰ ਖਾਧੀ? ਹਾਂ ਅੱਜ ਬਣਾਈ ਸੀ ਘਰੇ ਖੀਰ, ਪਹਿਲਾਂ ਕੈਮਰਾ ਸਾਫ਼ ਕਰਾਂ ਤੇ ਉੱਧਰ ਤਾਂ ਖਾ ਲਈ ਉਹਨਾਂ ਨੇ, ਅਸੀਂ ਹੁਣ ਲੱਗੇ ਹਾਂ ਖਾਣ। ਠੰਡੀ ਠੰਡੀ ਕਰਕੇ ਹੀ ਸਵਾਦ ਲੱਗਦੀ ਮੈਨੂੰ, ਕਰਦੇ ਬਰੋਦ ਐਂਡ
ਪਤਾ ਨਹੀਂ ਕਿੰਨਾ ਕੁ ਬਣਿਆ, ਅੱਜ ਦੇਖਿਆ ਨਹੀਂ ਹੈਗਾ, ਮੇਰੇ ਕੋਲ ਟਾਈਮ ਨਹੀਂ ਲੱਗਾ ਹੈਗਾ ਅੱਜ। ਚਲੋ ਕਰ ਦਿਓ, ਚਲੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚਲੋ ਮਿਲਦੇ ਆ ਕੱਲ ਇੱਕ ਨਵੇਂ ਵਲੌਗ 'ਚ, ਤੇ ਜੇ ਖੀਰ ਖਾਣੀ ਕਿਸੇ ਨੇ ਸਾਡੇ ਘਰ ਆ ਖਾਧਾ ਜੀ। ਓਕੇ ਜੀ, ਬਾਏ। ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ? ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋਅ ਹੋਵੇ। ਥੈਂਕ ਯੂ।